ਦੋਸਤੋ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਣਾ, ਬਿਨਾਂ ਅੰਤ ਤੱਕ ਦੇਖੇ ਤੁਸੀਂ ਜੇਕਰ ਕਮੈਂਟ ਕਰਤਾ ਤਾਂ ਬਸ ਫਿਰ ਤੁਸੀਂ ਗਲਤ ਹੋ ਜਾਓਗੇ, ਠੀਕ ਹੈ ਨਾ। ਤਾਂ ਦੋਸਤੋ ਆਪਾਂ ਆਫੀਸ਼ੀਅਲੀ ਚੈੱਕ ਕਰਨ ਆਏ ਹਾਂ। ਦੇਖੋ ਦੋਸਤੋ ਇੱਥੇ ਸਬ ਇੰਸਪੈਕਟਰ ਦਾ ਤਾਂ ਨੋਟੀਫਿਕੇਸ਼ਨ ਪਿਆ ਹੀ ਹੈ ਕੈਂਸਲ ਦਾ, ਪਰ ਜਦੋਂ ਆਪਾਂ ਇਹਨੂੰ ਰਿਫਰੈਸ਼ ਕਰਦੇ ਹਾਂ ਤਾਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਅਜੇ ਤੱਕ ਜਿਹੜਾ ਇੰਟੈਲੀਜੈਂਸ ਦਾ ਆਫੀਸ਼ੀਅਲ ਨੋਟਿਸ ਨਹੀਂ ਆਇਆ ਵੈਬਸਾਈਟ 'ਤੇ। ਤਾਂ ਦੋਸਤੋ ਮੈਂ ਵੀ ਤੁਹਾਡੇ ਤੋਂ ਮਾਫ਼ੀ ਚਾਹਾਂਗਾ ਕਿ ਮੈਂ ਉਹ ਨੋਟਿਸ 'ਤੇ ਵੀਡੀਓ ਬਣਾ ਕੇ ਜਲਦੀ ਜਲਦੀ ਤੁਹਾਨੂੰ ਦੇ ਦਿੱਤੀ। ਸੋ ਆਓ ਤੁਹਾਨੂੰ ਹੁਣ ਦਿਖਾਉਂਦੇ ਹਾਂ ਇੱਕ ਹੋਰ ਪਰੂਫ ਕਿ ਇਹ ਨਿਊਜ਼ ਪੂਰੀ ਤਰ੍ਹਾਂ ਰੀਅਲ ਨਹੀਂ ਹੈ। ਤਾਂ ਦੇਖੋ ਦੋਸਤੋ ਆਪਣੇ ਕੋਲ ਇੱਥੇ ਆਫੀਸ਼ੀਅਲ ਅਕਾਊਂਟ ਹੈ ਪੰਜਾਬ ਪੁਲਿਸ ਇੰਡੀਆ ਦਾ। ਤਾਂ ਦੇਖੋ ਦੋਸਤੋ ਇੱਥੇ ਜਿਹੜੀ ਨਿਊਜ਼ ਅਪਡੇਟ ਹੋਈ ਹੈ 3 ਘੰਟੇ ਪਹਿਲਾਂ ਦੀ ਹੋਈ ਹੈ, ਠੀਕ ਹੈ ਜੀ, 3 ਘੰਟੇ ਪਹਿਲਾਂ ਦੀ ਨਿਊਜ਼ ਹੈ। ਅਤੇ ਇੱਥੇ ਵੀ ਕਿਧਰੇ ਵੀ ਇੰਟੈਲੀਜੈਂਸ ਪੋਸਟਾਂ ਕੈਂਸਲ ਕਰਨ ਦੀ ਕੋਈ ਵੀ ਨਿਊਜ਼ ਜਾਂ ਕੋਈ ਵੀ ਨੋਟਿਸ ਨਹੀਂ ਹੈ, ਹੈ ਨਾ ਦੋਸਤੋ, ਕੋਈ ਵੀ ਨਿਊਜ਼ ਜਾਂ ਕੋਈ ਵੀ ਨੋਟਿਸ ਨਹੀਂ ਹੈ। ਤਾਂ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਫੇਸਬੁੱਕ 'ਤੇ ਇਹਨਾਂ ਦਾ ਆਫੀਸ਼ੀਅਲ ਪੇਜ, ਤਾਂ ਇਸ 'ਤੇ ਵੀ ਕੋਈ ਨਿਊਜ਼ ਨਹੀਂ ਪਾਈ ਆ। ਵੇਖੋ 3 ਘੰਟੇ ਪਹਿਲਾਂ ਦੀ ਹੀ ਨਿਊਜ਼ ਪਾਈ ਹੋਈ ਹੈ, ਪਰ ਇੱਥੇ ਕੋਈ ਵੀ ਕੈਂਸਲ ਵਾਲੀ ਨਿਊਜ਼ ਨਹੀਂ ਹੈ। ਤਾਂ ਦੋਸਤੋ ਹੋ ਸਕਦਾ ਹੈ ਕਿ ਇਹ ਕਿਸੇ ਦੀ ਚਾਲ ਹੋਵੇ, ਜਿਨ੍ਹਾਂ ਵਿੱਚ ਕਿ ਅਸੀਂ ਸਾਰੇ ਟੀਚਰ ਵੀ ਆ ਗਏ ਹਾਂ, ਯੂਟਿਊਬਰ ਵੀ ਆ ਗਏ ਜਿਨ੍ਹਾਂ ਦੇ ਝਾਂਸੇ ਦੇ ਵਿੱਚ। ਪਰ ਦੋਸਤੋ ਰੱਬ ਦੀ ਮਰਜ਼ੀ ਹੈ, ਜੇਕਰ ਪੋਸਟਾਂ ਸਹੀ ਵਿੱਚ ਕੈਂਸਲ ਹੋ ਗਈਆਂ ਨੇ ਫਿਰ ਤਾਂ ਬਹੁਤ ਹੀ ਮਾੜੀ ਖਬਰ ਹੈ, ਅਤੇ ਆਪਾਂ ਨੂੰ ਇਸ ਦੇ ਖਿਲਾਫ ਕਦਮ ਕੀ ਚੁੱਕਣੇ ਚਾਹੀਦੇ ਨੇ ਮੈਂ ਜਲਦ ਹੀ ਦੱਸਦਾ ਹਾਂ। ਅਤੇ ਜੇਕਰ ਇਹ ਵੀਡੀਓ ਉਹ ਨੋਟਿਸ ਫੇਕ ਹੈ ਤਾਂ ਕੱਲ੍ਹ ਤੱਕ ਆਪਾਂ ਨੂੰ ਪਤਾ ਲੱਗ ਜਾਣਾ ਹੈ ਆਫੀਸ਼ੀਅਲ ਨਿਊਜ਼ਪੇਪਰ ਦੇ ਵਿੱਚ ਔਰ ਆਫੀਸ਼ੀਅਲ ਵੈਬਸਾਈਟ ਤੋਂ ਵੀ। ਤਾਂ ਦੋਸਤੋ ਜੇਕਰ ਇਹ ਸੱਚਮੁੱਚ ਹੀ ਕੈਂਸਲ ਹੋਈਆਂ ਨੇ ਤਾਂ ਆਪਾਂ ਨੂੰ ਹੁਣ ਕੀ ਕਰਨਾ ਚਾਹੀਦਾ? ਦੋਸਤੋ ਦੇਖੋ ਪਹਿਲਾਂ ਇਹਨਾਂ ਨੇ ETT ਦੀ ਭਰਤੀ ਕੈਂਸਲ ਕਰਤੀ ਸੀ, ਫਿਰ ETT ਵਾਲਿਆਂ ਨੇ ਕੀ ਕੀਤਾ ਸੀ, ਡਾਂਗਾ ਖਾਧੀਆਂ, ਗਏ ਧਰਨੇ ਲਾਏ, ਮੁਜ਼ਾਹਰੇ ਕੀਤੇ, ਹੈ ਨਾ ਦੋਸਤੋ, ਧਰਨੇ ਲਾਏ, ਮੁਜ਼ਾਹਰੇ ਕੀਤੇ, ਅਤੇ ਉਹਨਾਂ ਦੀਆਂ ਪੋਸਟਾਂ ਦੁਬਾਰਾ ਕੱਢੀਆਂ ਗਈਆਂ ETT ਵਾਲਿਆਂ ਦੀਆਂ, ਹੈ ਨਾ ਦੋਸਤੋ, ETT ਵਾਲਿਆਂ ਪੋਸਟਾਂ ਕੱਢੀਆਂ ਗਈਆਂ। ਅਤੇ ਹੁਣ ਕੀ ਕੀਤਾ ਇਹਨਾਂ ਨੇ, SI ਦਾ ਜਿਹੜਾ ਪੇਪਰ ਸੀ ਕੈਂਸਲ ਕੀਤਾ ਹੋਇਆ, ਉਹਦੀ ਅਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਕਦੋਂ ਪੇਪਰ ਹੋਣਾ ਹੈ, ਕਦੋਂ ਰੋਲ ਨੰਬਰ ਆਉਣਗੇ, ਕੀ ਡੇਟ ਹੈ, ਕੀ ਸਿਲਸਿਲਾ ਹੈ, ਕੀ ਮਾਜਰਾ ਹੈ, ਕਦੋਂ ਕੋਡ ਆਫ ਕੰਡਕਟ ਆਪਣਾ ਚੋਣ ਜ਼ਾਬਤਾ ਲੱਗ ਜਾਣਾ ਹੈ, ਹੈ ਨਾ ਦੋਸਤੋ। ਅਤੇ ਹੁਣ ਇਹਨਾਂ ਨੇ ਕੀ ਕੀਤਾ, AI ਇੰਟੈਲੀਜੈਂਸ ਅਸਿਸਟੈਂਟ ਐਂਡ ਕੌਂਸਟੇਬਲ ਇਹਦੀ ਵੀ ਭਰਤੀ ਰੱਦ ਕਰਤੀ, ਹਾਲਾਂਕਿ ਹਜੇ ਇਹਨਾਂ ਕੋਲ ਟਾਈਮ ਨਹੀਂ ਹੈ। ਹਾਂਜੀ ਦੋਸਤੋ, ਟਾਈਮ ਦੀ ਸ਼ੋਰਟੇਜ ਹੈ। ਅਤੇ ਦੂਸਰੀ ਗੱਲ ਇਹ ਕਿ ਬੱਚੇ ਜਿਹੜੇ ਫਿਜ਼ੀਕਲ ਦੀ ਵਿਚਾਰੇ ਤਿਆਰੀ ਕਰ ਰਹੇ ਨੇ, ਫਿਜ਼ੀਕਲ ਦੀ ਤਿਆਰੀ ਕਰ ਰਹੇ ਨੇ, ਉਹਨਾਂ ਦਾ ਜਿਹੜਾ ਨਾ ਕੌਨਫੀਡੈਂਸ ਦੋਸਤੋ ਉਹ ਬਹੁਤ ਜ਼ਿਆਦਾ ਲੋਅ ਹੋ ਜਾਂਦਾ ਹੈ ਅਜਿਹੀਆਂ ਨਿਊਜ਼ ਨੂੰ ਦੇਖ ਕੇ। ਸੋ ਸਰਕਾਰ ਜੇਕਰ ਭਰਤੀ ਕੈਂਸਲ ਕਰਨਾ ਚਾਹੁੰਦੀ ਵੀ ਹੈ ਤਾਂ ਉਹ ਪੂਰਾ ਪੁਖਤਾ ਪ੍ਰਬੰਧ ਕਿਉਂ ਨਹੀਂ ਕਰਦੀ? ਮੈਨੂੰ ਇਹਨਾਂ ਦੀ ਇਹ ਨਹੀਂ ਸਮਝ ਆ ਰਹੀ। ਜਦੋਂ ਇਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਕਿ SI ਵਿੱਚ ਚੀਟਿੰਗ ਹੋ ਚੁੱਕੀ ਹੈ ਤਾਂ ਇਹਨਾਂ ਨੇ ਇੰਟੈਲੀਜੈਂਸ ਅਸਿਸਟੈਂਟ ਦੇ ਵਿੱਚ ਉਹ ਪ੍ਰਬੰਧ ਕਿਉਂ ਨਹੀਂ ਕੀਤੇ, ਉਹਦੇ ਇਗਜ਼ਾਮ ਦੇ ਵਿੱਚ ਪ੍ਰਬੰਧ ਕਿਉਂ ਨਹੀਂ ਕੀਤੇ? ਇਹ ਸਰਕਾਰ ਦੀਆਂ ਦੋਸਤੋ ਦੋਹਰੀਆਂ ਚਾਲਾਂ ਹੁੰਦੀਆਂ ਨੇ ਆਪਾਂ ਨੂੰ ਨੌਕਰੀ ਨਾ ਦੇਣ ਦੀਆਂ, ਠੀਕ ਹੈ ਜੀ, ਦੋਹਰੀਆਂ ਚਾਲਾਂ ਹੁੰਦੀਆਂ ਨੇ, ਦੋਹਰੀ ਚਾਲ ਹੁੰਦੀ ਹੈ ਸਰਕਾਰ ਦੀ ਆਪਾਂ ਨੂੰ ਨੌਕਰੀ ਨਾ ਦੇਣ ਦੀ। ਜੇਕਰ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋ ਤਾਂ ਕਮੈਂਟ ਵਿੱਚ ਯੈਸ ਲਿਖੋ। ਅਤੇ ਦੋਸਤੋ ਹੁਣ ਆਪਾਂ ਕੀ ਕਰਨਾ ਹੈ? ਆਪਾਂ ਕਰਨਾ ਹੈ ਕਿ ਸਰਕਾਰ 'ਤੇ ਦਬਾਅ ਬਣਾਉਣਾ ਹੈ ਕਿ ਚਲੋ ਜੇ ਤੁਸੀਂ ਪੋਸਟਾਂ ਕੈਂਸਲ ਕਰ ਹੀ ਦਿੱਤੀਆਂ ਨੇ ਤਾਂ ਹੁਣ ਜਲਦੀ ਤੋਂ ਜਲਦੀ 1 ਵੀਕ ਦੇ ਅੰਦਰ ਅੰਦਰ ਹੀ ਇਸ ਦੀ ਡੇਟ ਅਨਾਊਂਸ ਕਰੋ, ਠੀਕ ਹੈ ਨਾ। ਹਾਂਜੀ ਦੋਸਤੋ, ਡੇਟ ਅਨਾਊਂਸ ਕਰੋ ਕਿਉਂਕਿ ਇਸ ਤੋਂ ਬਾਅਦ ਜੇ ਚੋਣ ਜਾਬਤਾ ਲੱਗਦਾ ਹੈ ਤਾਂ ਫਿਰ ਇਗਜ਼ਾਮ ਸ਼ਾਇਦ 2022 'ਚ ਹੋਣ ਜਾਂ ਨਾ ਵੀ ਹੋਣ, ਠੀਕ ਹੈ ਜੀ। ਇਹਦਾ ਕੋਈ ਪੱਕਾ ਸਬੂਤ ਨਹੀਂ ਹੈ ਵੀ ਹੋਣਗੇ, ਨੋ ਔਰ ਯੈਸ 50-50% ਨੇ, ਠੀਕ ਹੈ ਜੀ। ਸੋ ਆਪਾਂ ਨੂੰ ਸਰਕਾਰ 'ਤੇ ਦਬਾਅ ਬਣਾਉਣਾ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ, ਜੇਕਰ ਪੇਪਰ ਕੈਂਸਲ ਕਰ ਵੀ ਦਿੱਤਾ ਹੈ ਤਾਂ ਹੁਣ ਦੁਬਾਰਾ ਲਓ, ਉਹ ਵੀ ਜਲਦੀ ਤੋਂ ਜਲਦੀ, SI ਦਾ ਵੀ ਅਤੇ AI ਦਾ ਵੀ, ਠੀਕ ਹੈ ਨਾ ਦੋਸਤੋ। ਜੇਕਰ ਵੀਡੀਓ ਚੰਗੀ ਲੱਗੀ ਹੋਵੇ, ਮੇਰੇ ਵਿਚਾਰਾਂ ਨਾਲ ਸਹਿਮਤ ਹੋ ਕਿ ਆਪਣੀ ਗੰਦੀ ਸਰਕਾਰ ਤੋਂ ਆਪਾਂ ਕੰਮ ਲੈਣੇ ਨੇ, ਆਪਾਂ ਨੂੰ ਇਹਨਾਂ 'ਤੇ ਦਬਾਅ ਬਣਾਉਣਾ ਪੈਣਾ ਹੈ, ਠੀਕ ਹੈ ਨਾ ਦੋਸਤੋ। ਆਪਾਂ ਟਵਿੱਟਰ ਦਾ ਯੂਜ਼ ਕਰਾਂਗੇ, ਆਪਾਂ ਇੰਸਟਾਗ੍ਰਾਮ ਦਾ ਯੂਜ਼ ਕਰਾਂਗੇ, ਆਪਾਂ ਹਰ ਇੱਕ ਸੋਸ਼ਲ ਮੀਡੀਆ ਦਾ ਯੂਜ਼ ਕਰਾਂਗੇ। ਜੇਕਰ ਲੋੜ ਪਈ ਤਾਂ ਮੈਂ 1-2 ਵੀਡੀਓ ਹੋਰ ਵੀ ਅਪਲੋਡ ਕਰ ਦਿਆਂਗਾ ਤੁਹਾਡੇ ਹੱਕਾਂ ਦੇ ਲਈ, ਕੋਈ ਚੱਕਰ ਵਾਲੀ ਗੱਲ ਨਹੀਂ ਦੋਸਤੋ। ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰਕੇ ਦੱਸ ਸਕਦੇ ਹੋ। ਜੇਕਰ ਤੁਹਾਡੇ ਕੋਲ ਵੀ ਕੋਈ ਇਨਫੋਰਮੇਸ਼ਨ ਹੈ ਤਾਂ ਆਪਾਂ ਜ਼ਰੂਰ ਵੀਡੀਓ ਅਪਲੋਡ ਕਰਾਂਗੇ, ਕਿਉਂਕਿ ਦੋਸਤੋ ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਚੰਗੀ ਗੱਲ ਨਹੀਂ ਹੈ, ਇਹ ਸਾਡੇ ਦੇਸ਼ ਦਾ ਭਵਿੱਖ ਨੇ।
ਸਭ ਨੂੰ ਪਤਾ ਹੈ, ਪਰ ਸਰਕਾਰ ਫਿਰ ਵੀ ਅੱਖਾਂ 'ਤੇ ਪੱਟੀ ਬੰਨ੍ਹ ਕੇ ਤੁਰਦੀ ਹੈ। ਸੋ ਦੋਸਤੋ, ਇੰਨੀਆਂ ਕੁ ਗੱਲਾਂ, ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਉ, ਤਾਂ ਕਿ ਸਵੇਰੇ ਤੱਕ ਜੇਕਰ ਇਹ ਖਬਰ ਝੂਠੀ ਨਿਕਲਦੀ ਹੈ ਤਾਂ ਉਹ ਬੰਦੇ ਨੂੰ ਫੜਨਾ ਹੈ ਕਿ ਜਿਹਨੇ ਇਹ ਖਬਰ ਫੈਲਾਈ ਹੈ, ਅਤੇ ਸਭ ਤੋਂ ਪਹਿਲਾਂ ਉਹਨੂੰ ਕੁੱਟੂੰਗਾ ਮੈਂ। ਉਹਦਾ ਐਡਰੈਸ ਵਗੈਰਾ ਸਭ ਪਤਾ ਕਰ ਲਾਂਗੇ ਆਪਾਂ, ਜੇਕਰ ਤੁਸੀਂ ਸਾਡੇ ਨਾਲ ਸਾਥ ਦਿਓ। ਜੇਕਰ ਖਬਰ ਸੱਚੀ ਹੈ ਤਾਂ ਫਿਰ ਸਰਕਾਰ ਦਾ ਐਡਰੈਸ ਤਾਂ ਆਪਾਂ ਨੂੰ ਪਤਾ ਹੀ ਹੈ, ਅਤੇ ਆਪਾਂ ਉਹਦੇ 'ਤੇ ਦਬਾਅ ਕਿਵੇਂ ਬਣਾਉਣਾ ਹੈ ਇਹ ਮੈਂ ਤੁਹਾਨੂੰ ਆਲਰੇਡੀ ਹੀ ਦੱਸ ਚੁੱਕਿਆ। ਤਾਂ ਦੋਸਤੋ, ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ, ਨਹੀਂ ਕਰਨਾ, ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਜੇ, ਅਤੇ ਸ਼ੇਅਰ ਕਰਨਾ ਨਾ ਭੁੱਲਿਆ ਜੇ। ਠੀਕ ਹੈ ਜੀ।